ਆਪਾਂ ਚੈਪਟਰ 5.2 ਦਾ ਸਕੁਅਰ ਐਂਡ ਸਕੁਅਰ ਰੂਟ ਦਾ ਬਹੁਤ ਇੰਪੋਰਟੈਂਟ ਟੌਪਿਕ ਕਰਨਾ ਹੈ ਕਿ ਸਕੁਅਰ ਰੂਟ ਕਿਸੇ ਨੰਬਰ ਦਾ ਕਿਵੇਂ ਫਾਈਂਡ ਆਊਟ ਕਰਨਾ ਵਰਗਮੂਲ ਕਿਵੇਂ ਪਤਾ ਕਰਨਾ ਤਿੰਨ ਵਿਧੀਆਂ ਤਿੰਨ ਮੈਥਡ ਹੈ ਜਿੰਦੇ ਨਾਲ ਕਿਸੇ ਵੀ ਨੰਬਰ ਦਾ ਵਰਗਮੂਲ ਸਕੁਅਰ ਰੂਟ ਪਤਾ ਕਰ ਸਕਦੇ ਹਾਂ ਪਹਿਲਾ ਮੈਥਡ ਹੈਗਾ ਆਪਣੇ ਕੋਲ ਸਬਟ੍ਰੈਕਸ਼ਨ ਮੈਥਡ ਯਾਨੀ ਕਿ ਪੰਜਾਬੀ ਚ ਜਿਹਨੂੰ ਕਹਿੰਦੇ ਆਪਾਂ ਘਟਾਓ ਵਿਧੀ ਦੂਜਾ ਮੈਥਡ ਹੈਗਾ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਪੰਜਾਬੀ ਚ ਜਿਹਨੂੰ ਕਹਿੰਦੇ ਆਪਾਂ ਅਭਾਜ ਗੁਣਨ ਖੰਡ ਵਿਧੀ ਤੇ ਤੀਜਾ ਮੈਥਡ ਹੈਗਾ ਡਿਵੀਜ਼ਨ ਮੈਥਡ ਪੰਜਾਬੀ ਜਿਹਨੂੰ ਕਹਿੰਦੇ ਆ ਵੰਡ ਵਿਧੀ ਇਹ ਤਿੰਨ ਮੈਥਡ ਹੈ ਤਿੰਨਾਂ ਚੋਂ ਅੱਜ ਆਪਾਂ ਦੂਜੇ ਨੰਬਰ ਵਾਲਾ ਮੈਥਡ ਕਰਨ ਲੱਗੇ ਹਾਂ ਕਿਉਂਕਿ ਇਹ ਮੈਥਡ ਸਭ ਤੋਂ ਸੌਖਾ ਹੈ ਤੇ ਬੇਸਿਕ ਹੈ ਇਸ ਮੈਥਡ ਦਾ ਨਾਮ ਕੀ ਹੈ ਪ੍ਰਾਈਮ ਫੈਕਟਰਾਈਜੇਸ਼ਨ ਮੈਥਡ ਪੰਜਾਬੀ ਚ ਅਭਾਜ ਗੁਣਨ ਖੰਡ ਹੈ ਕਿ LCM factors ਬਣਾਉਣੇ ਆਪਾਂ ਛੋਟੀ ਕਲਾਸਾਂ ਚ ਸਿੱਖੇ ਹੋਏ ਆ ਉਵੇਂ ਹੀ ਕਰਨਾ ਐਗਜ਼ਾਮਪਲ ਆਪਾਂ ਲੈ ਕੇ ਚੱਲ ਰਹੇ ਹਾਂ 64 ਹੁਣ ਆਪਾਂ 64 64 ਦਾ ਸਕੁਅਰ ਰੂਟ ਕੱਢਣਾ ਪਹਿਲਾਂ ਆਪਾਂ ਇੱਕ ਗੱਲ ਰਿਵਾਈਜ਼ ਕਰੀਏ ਸਕੁਅਰ ਰੂਟ ਦਾ ਮਤਲਬ ਵਰਗਮੂਲ ਦਾ ਮਤਲਬ ਕਿੰਨੀ ਪਾਵਰ ਸੀ ਘਾਤ 1/2 ਵੈਰੀ ਗੁੱਡ ਓਮਕਾਰ ਹੁਣ ਆਪਾਂ 64 ਦਾ ਘਾਤ 1/2 ਕੱਢਣਾ ਇਹਦਾ ਨਿਸ਼ਾਨ ਕੀ ਸੀ ਐਵੇਂ ਆਪਾਂ ਸਿੱਖਿਆ ਸੀ ਦੋਵੇਂ ਸੇਮ ਗੱਲ ਹੁਣ ਕੀ ਕਰਨਾ 64 ਦਾ ਸਭ ਤੋਂ ਪਹਿਲਾਂ ਫੈਕਟਰਸ ਬਣਾਓ 2 ਦੇ ਟੇਬਲ ਤੇ ਜਾਊਗਾ ਤੂੰ ਇੱਧਰ 64 ਨੂੰ 2 ਦੇ ਟੇਬਲ ਤੇ ਡਿਵਾਈਡ ਕਰਨਾ ਪੂਰਾ ਨੰਬਰ ਲੈ ਕੇ ਠੀਕ ਹੈ ਜੀ ਤੇ ਕਿੰਨਾ ਹੋਗਾ 32 ਹੁਣ ਇਹ ਫੇਰ 2 ਦੇ ਟੇਬਲ ਤੇ ਜਾਊਗਾ ਇੱਧਰ ਟੇਬਲ ਇੱਥੇ 16 ਫੇਰ 2 ਦੇ ਟੇਬਲ ਤੇ ਫੇਰ 2 ਦੇ ਫੇਰ 2 ਦੇ ਫੇਰ 2 ਦੇ ਅਖੀਰ ਆਪਾਂ ਸਾਰੇ ਫੈਕਟਰਸ ਕਰ ਲਏ ਹੁਣ ਕਿਉਂਕਿ ਆਪਾਂ ਪਾਵਰ 1/2 ਕੱਢਣੀ ਹੈ ਸਕੁਅਰ ਰੂਟ ਕੱਢਣਾ ਤੇ ਰਕਮ ਦੇ ਦੋ ਰਕਮਾਂ ਦਾ ਇੱਕ ਜੋੜ ਕਿੰਨੀਆਂ ਕਿੰਨੀਆਂ ਰਕਮਾਂ ਦਾ ਦੋ ਧਿਆਨ ਰੱਖੋ ਦੋ ਰਕਮਾਂ ਦਾ ਇੱਕ ਜੋੜਾ ਬਣਾਉਣਾ ਅੱਗੇ ਆਪਾਂ ਨੈਕਸਟ ਚੈਪਟਰ ਕਰਾਂਗੇ ਕਿਊਬ ਰੂਟ ਦਾ ਉਹਦੇ ਚ ਕਿਉਂਕਿ 3 ਹੈ ਤਾਂ 3 ਦਾ ਬਣਾਓ ਇਹ ਸਕੁਅਰ ਰੂਟ ਹੈ ਵਰਗਮੂਲ ਹੈ ਤਾਂ ਦੋ ਦਾ ਬਣਾਉਣਾ ਆ ਦੋ ਰਕਮ ਹੈ ਦੋ ਦੀ ਇੱਕ ਜੋੜਾ ਆ ਦੋ ਦਾ ਇੱਕ ਜੋੜਾ ਆ ਦੋ ਦਾ ਇੱਕ ਜੋੜਾ ਤਾਂ ਹੁਣ ਪਹਿਲਾ ਜੋੜਾ ਦੋ ਦਾ ਤਾਂ ਪਹਿਲੇ ਜੋੜੇ ਚ ਇੱਕ ਰਕਮ ਬਾਹਰ ਕੱਢ ਗਈ ਦੂਜੇ ਜੋੜੇ ਚ ਇੱਕ ਰਕਮ ਬਾਹਰ ਕੱਢ ਗਈ ਤੀਜੇ ਜੋੜੇ ਚ ਇੱਕ ਰਕਮ ਬਾਹਰ ਕੱਢ ਲਈ ਤਾਂ ਹੁਣ ਇਹਨਾਂ ਨੂੰ ਗੁਣਾ ਕਰੋ 2 × 2 4 ਦੂਣੀ 8 ਤਾਂ 64 ਦਾ ਸਕੁਅਰ ਰੂਟ ਆ ਗਿਆ 8 ਕਿੰਨਾ ਆ ਗਿਆ 8 ਵੈਸੇ ਵੀ ਜੇ ਆਪਾਂ ਚੈੱਕ ਕਰਨਾ ਹੋਵੇ ਤਾਂ ਤਰੀਕਾ ਕੀ ਹੈ ਸਕੁਅਰ ਰੂਟ ਦਾ ਮਤਲਬ ਹੁੰਦਾ ਹੈ ਕਿ ਕਿਸੇ ਰਕਮ ਨੂੰ 2 ਵਾਰ ਗੁਣਾ ਕਰਨ ਤੇ ਉਹ ਜਵਾਬ ਆ 8 ਨੂੰ 8 ਨਾਲ ਗੁਣਾ ਕਰੋ ਤਾਂ ਜਵਾਬ ਕਿੰਨਾ ਆਊਗਾ 64 ਤਾਂ ਫਿਰ ਇਸ ਦਾ ਮਤਲਬ ਉਲਟ ਕੀ ਕਹਿੰਦੇ ਕਿ 64 ਦਾ ਵਰਗਮੂਲ 8 ਹੈ ਕਿਉਂਕਿ 8 ਨੂੰ 2 ਵਾਰ ਗੁਣਾ ਕਰਨ ਤੇ 64 ਦੋਵੇਂ ਇੱਕ ਦੂਜੇ ਦੇ ਉਲਟ ਜੇ ਆਪਾਂ ਕਹੀਏ ਕਿ ਕਿਸੇ ਰਕਮ ਨੂੰ 8 ਨੂੰ 2 ਵਾਰ ਗੁਣਾ ਕਰਨ ਤੇ ਕਿੰਨਾ ਆਊਗਾ 64 ਤਾਂ ਉਲਟ ਕੀ ਕਹਿੰਦੇ ਕਿ 64 ਦਾ ਵਰਗਮੂਲ ਕਿੰਨਾ ਹੈ 8 ਇਹ ਚੈੱਕ ਕਰਨ ਦਾ ਤਰੀਕਾ ਸਮਝ ਲੱਗ ਗਈ ਹਾਂਜੀ ਹੁਣ ਜੇ ਤੁਹਾਨੂੰ ਕੋਈ ਪੁੱਛੇ ਕਿ 16 ਦਾ ਵਰਗਮੂਲ ਸਕੁਅਰ ਰੂਟ ਕਿੰਨਾ ਹੈ ਤਾਂ ਸੋਚੋ ਕਿਹੜੇ ਨੰਬਰ ਨੂੰ 2 ਵਾਰ ਗੁਣਾ ਕਰਨ ਤੇ 16 ਦਾ 2 ਤੋਂ ਸ਼ੁਰੂ ਕਰੋ 2 ਦੁਨੀ 3 ਤੀਆ 4 ਚੌਕੀ 16 ਨੰਬਰ ਨੂੰ ਹੀ 2 ਵਾਰ ਗੁਣਾ ਕਰਨਾ ਹੈ 2 ਵਾਰ 2 ਨਾਲ ਨਹੀਂ ਮੇਰੀ ਸ਼ਬਦ ਸਮਝੋ 2 ਵਾਰ ਇੱਕ ਨੰਬਰ ਲਿਖਤਾ ਉਹਨੂੰ ਆਪਣੇ ਆਪ ਨਾਲ ਫੇਰ ਗੁਣਾ ਕਰ ਦੋ ਕਿੰਨਾ ਹੋ ਗਿਆ 25 ਦਾ ਯਾਨੀ ਕਿ 25 ਦਾ ਸਕੁਅਰ ਰੂਟ ਕਿੰਨਾ 5 16 ਦਾ ਸਕੁਅਰ ਰੂਟ ਕਿੰਨਾ 4 ਹੁਣ 49 ਦਾ ਸਕੁਅਰ ਰੂਟ ਕਿੰਨਾ ਕੋਈ ਦੱਸੂਗਾ 7 100 ਦਾ ਸਕੁਅਰ ਰੂਟ ਕਿੰਨਾ 10 ਸਮਝ ਲੱਗ ਗਈ